ਤੁਸੀਂ ਦੇਖ ਰਹੇ ਹੋ ਜੀ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਮਾਛੀਵਾੜਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਤਾਨਾਤ ਮੈਡੀਕਲ ਕਲੈਰੀਕਲ ਨਰਸਿੰਗ ਅਤੇ ਹੋਰ ਸਾਰੇ ਸਟਾਫ ਵੱਲੋਂ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਅਤੇ 6ਵੇਂ ਪੇ ਕਮਿਸ਼ਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਅਤੇ ਕਲਮ ਛੋੜ ਹੜਤਾਲ ਕੀਤੀ ਗਈ। ਹੱਥਾਂ ਵਿੱਚ ਤਖਤੀਆਂ ਫੜ ਕੇ 6ਵੇਂ ਪੇ ਕਮਿਸ਼ਨ ਦਾ ਵਿਰੋਧ ਕੀਤਾ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਪ੍ਰੈਸ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ 6ਵੇਂ ਪੇ ਕਮਿਸ਼ਨ ਵਿੱਚ ਉਹਨਾਂ ਦੀਆਂ ਤਨਖਾਹਾਂ ਨੂੰ ਵੱਡੇ ਪੱਧਰ ਤੇ ਖੋਰਾ ਲਾਇਆ ਗਿਆ ਹੈ, ਜਿਸ ਦੌਰਾਨ ਸਾਰਿਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੋਣ ਮੈਨੀਫੈਸਟੋ ਵਿੱਚ ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ। ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। मेरा नाम सतवंत सिंह, CSE ਮਾਛੀਵਾੜਾ ਸਾਹਿਬ। ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕਿਸ ਵਿਸ਼ੇ 'ਚ ਕਰ ਰਹੇ ਹੋ? ਅਸੀਂ ਕਰ ਰਹੇ ਹਾਂ ਜੀ 6ਵਾਂ ਪੇ ਕਮਿਸ਼ਨ, ਜਿਹੜਾ ਲੰਗੜਾ ਪੇ ਕਮਿਸ਼ਨ ਸਰਕਾਰ ਨੇ ਲਾਇਆ ਵਾ, ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਐਜੀਟੇਸ਼ਨ ਕਰ ਰਹੇ ਹਾਂ। ਸਾਡੀ ਮਲਟੀਪਰਪਜ਼ ਹੈਲਥ ਯੂਨੀਅਨ ਪੰਜਾਬ ਵੱਲੋਂ ਇਹ ਸੰਘਰਸ਼ ਜਿਹੜਾ ਵਿੱਢਿਆ ਗਿਆ ਵਾ ਅਤੇ ਉਸ ਦੇ ਖਿਲਾਫ ਅਸੀਂ ਇਹ ਰੋਸ ਮੁਜ਼ਾਹਰਾ ਜਿਹੜਾ ਕਰ ਰਹੇ ਹਾਂ। ਕਿਹੜਾ ਕਿਹੜਾ ਸਟਾਫ ਆ ਜੀ ਤੁਹਾਡੇ? ਇਹ 'ਚ ਸਾਡਾ ਸਮੂਹ ਪੈਰਾਮੈਡੀਕਲ ਸਟਾਫ ਆ ਜੀ, ਕਲੈਰੀਕਲ ਸਟਾਫ ਆ, ਨਰਸਿੰਗ ਸਟਾਫ ਆ, ਫਾਰਮੇਸੀ ਸਟਾਫ ਆ ਜੀ, ਅਤੇ ਨਾਲ ਹੋਰ ਸਾਰੇ ਡਿਪਾਰਟਮੈਂਟ ਜਿਹੜੇ ਵੀ ਸਟ੍ਰਾਈਕ 'ਤੇ ਹੈਗੇ ਨੇ ਉਹ ਸਾਰੇ ਇਸ 'ਚ ਇਨਵੋਲਵ ਨੇ। ਇਹਦੇ 'ਚ ਸਭ ਤੋਂ ਵੱਡੀ ਖਾਮੀ ਹੈ ਜੀ, ਇਹਨਾਂ ਨੇ ਮੁਲਾਜ਼ਮਾਂ ਦੇ ਜਿਹੜੇ ਹੱਕ ਨੇ ਉਹਨਾਂ 'ਤੇ ਡਾਕਾ ਮਾਰ ਲਿਆ ਵਾ। ਕਰੋਨਾ ਦੇ ਵਿੱਚ ਅਸੀਂ ਸਿੱਟ ਧੜ ਦੀ ਬਾਜ਼ੀ ਲਾ ਕੇ ਕੰਮ ਕੀਤਾ ਵਾ, ਆਪਦੇ ਪਰਿਵਾਰ ਦੀਆਂ ਜਾਨਾਂ ਖਤਰੇ ਦੇ ਵਿੱਚ ਪਈਆਂ ਵਾ, ਅਤੇ ਇਹਨਾਂ ਨੇ ਸਾਨੂੰ ਸਪੈਸ਼ਲ ਇਨਕਰੀਮੈਂਟ ਦਾ ਕੀ ਦੇਣੀ ਸੀ, ਸਾਡੇ ਹੋਰ ਜਿਹੜੇ ਹੱਕ ਜਿਹੜੇ ਉਹਨਾਂ 'ਤੇ ਵੀ ਇਹਨਾਂ ਨੇ ਡਾਕਾ ਮਾਰ ਲਿਆ, ਉਹਦੇ ਖਿਲਾਫ ਅਸੀਂ ਇਹ ਪ੍ਰੋਟੈਸਟ ਵਿੱਢਿਆ ਜੀ। ਮੈਡੀਕਲ ਦਾ ਸਾਰਾ ਕੰਮ ਬੰਦ ਕਰ ਦਿੱਤਾ ਗਿਆ? ਨਹੀਂ ਜੀ, ਐਮਰਜੈਂਸੀ ਸੇਵਾਵਾਂ ਚੱਲ ਰਹੀਆਂ। ਕਿੰਨਾ ਚਿਰ ਚੱਲੂ ਜੀ ਹੜਤਾਲ ਇਹ? ਸਾਡੀ ਕੱਲ ਤੇ ਅੱਜ ਦੀ ਹੜਤਾਲ ਸੀ, ਬਾਕੀ ਜਿੱਦਾਂ ਵੀ ਯੂਨੀਅਨ ਸਾਨੂੰ ਅਗਲਾ ਮੈਸੇਜ ਦੇਗੀ ਅਸੀਂ ਉਸ ਹਿਸਾਬ ਨਾਲ ਇਹ ਹੜਤਾਲ। ਸਰ ਪੂਰੇ ਆਲ ਪੰਜਾਬ ਦੇ ਵਿੱਚ ਆ ਜੀ? ਇਹ ਪੂਰੇ ਪੰਜਾਬ ਦੇ ਵਿੱਚ ਆ ਜੀ, ਪੂਰੀ ਮਲਟੀਪਰਪਜ਼ ਹੈਲਥ ਕੇਡਰ ਜਿਹੜਾ ਸਾਰਾ ਸਟ੍ਰਾਈਕ ਤੇ ਜੀ। 2 ਦਿਨ ਦੀ ਪੈਨ ਡਾਊਨ ਹੜਤਾਲ ਸੀਗੀ, ਇਹ ਪੈਨ ਡਾਊਨ ਟੂਲ ਡਾਊਨ ਹੜਤਾਲ ਚੱਲ ਰਹੀ ਹੈ ਸਾਡੀ। ਉਸ ਤੋਂ ਬਾਅਦ ਤੁਹਾਡਾ ਅਗਲਾ ਕਦਮ ਕੀ ਹੋਊਗਾ? ਉਸ ਤੋਂ ਬਾਅਦ ਅਗਲਾ ਕਦਮ, ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 29 ਜੁਲਾਈ ਨੂੰ ਜਿਹੜਾ ਮੋਤੀ ਮਹਿਲ ਵਿਖੇ ਘਰਾਓ ਕਰਨਾ, ਉਹਦੇ ਵਿੱਚ ਸਾਂਝੇ ਫਰੰਟ ਤੇ ਸਮੂਹ ਮੁਲਾਜ਼ਮ ਏਕਤਾ ਜਿਹੜੀ ਹੈਗੀ ਆ ਉਹ ਵੱਡੇ ਤੌਰ ਤੇ ਮੋਤੀ ਮਹਿਲ ਦਾ ਘਰਾਓ ਕਰੇਗੀ ਜੀ। ਬਵਦੀਪ ਕੌਰ ਜੀ, ਕਲਰਕ। ਜਿਹੜੀ ਤੁਸੀਂ ਅੱਜ ਹੜਤਾਲ ਕੀਤੀ ਹੈ ਕਿਸ ਵਿਸ਼ੇ ਦਾ? ਇਹ ਸਾਡੀ ਪੇ ਕਮਿਸ਼ਨ ਜਿਹੜਾ ਲਾਗੂ ਹੋਇਆ ਜੀ ਉਹ ਲੰਗੜਾ ਪੇ ਕਮਿਸ਼ਨ ਹੈ ਤੇ ਉਹ 'ਚ ਬਹੁਤ ਖਾਮੀਆਂ ਹੈ। ਵੈਸੇ ਕੀ ਮੰਗ ਕਰਦੇ ਆ ਸਰਕਾਰ? ਮੰਗ ਇਹ ਸੀ ਇਹਨੂੰ ਇਹ 'ਚ ਸੋਧ ਕੀਤੀ ਜਾਵੇ, ਠੀਕ ਹੈ। ਜਿਹੜੇ ਸਾਡੇ ਅਲਾਇੰਸਿਸ ਭੱਤੇ ਕੱਟੇ ਗਏ ਨੇ ਉਹ ਜਿਹੜੇ ਲਗਾਏ ਜਾਣ, ਠੀਕ ਹੈ ਜੀ। ਪੁਰਾਣੀ ਪੈਨਸ਼ਨ ਜਿਹੜੀ NPS ਚੱਲ ਰਹੀ ਆ ਜੀ ਉਹ 'ਚ ਕੋਈ ਬੈਨੀਫਿਟ ਨਹੀਂ। ਜਿਹੜੇ ਨਵੇਂ ਇੰਪਲਾਈਜ਼ ਆ 2004 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ, ਠੀਕ ਹੈ, ਇਹ ਪੁਰਾਣੀ ਜਿਹੜੀ GPF ਸਕੀਮ ਆ ਉਹ ਲਾਗੂ ਕੀਤੀ ਜਾਵੇ। ਕੁਲਬੀਰ ਕੌਰ ਜੀ, ਕਿਸ ਵਿਸ਼ੇ ਵਿੱਚ ਪ੍ਰੋਟੈਸਟ ਕਰ ਰਹੇ ਹੋ ਜੀ? ਅਸੀਂ ਜੀ ਇਹ ਜਿਹੜਾ ਸਰਕਾਰ ਨੇ ਸਾਨੂੰ 6ਵਾਂ ਪੇ ਕਮਿਸ਼ਨ ਦਿੱਤਾ ਉਹਦੇ ਵਿਸ਼ੇ 'ਚ ਕਰ ਰਹੇ ਹਾਂ, ਕਿਉਂਕਿ ਜਿਹੜੀਆਂ ਮਲਟੀਪਰਪਜ਼ ਵਰਕਰ ਫੀਮੇਲ ਨੇ ਜਾਂ ਮੇਲ ਨੇ ਉਹਨਾਂ ਨੂੰ ਕੁਛ ਇਹੋ ਜਿਹੇ ਪੱਤੇ ਸੀ ਕਿ ਜਿਹੜੇ ਜਿਵੇਂ ਅਸੀਂ ਟੂਰ ਲਾਉਂ ਸੀ, ਡਾਇਟ ਲਾਉਂ ਸੀ ਜਾਂ ਯੂਨੀਫਾਰਮ ਲਾਉਂ ਸੀ, ਇਹੋ ਜਿਹੀਆਂ ਚੀਜ਼ਾਂ 'ਤੇ ਸਾਡੇ ਕੱਟ ਲੱਗ ਰਹੇ ਨੇ। ਉਸ ਜੇ ਸਰਕਾਰ ਨੇ ਸਾਨੂੰ ਦੇਣਾ ਤਾਂ ਕੀ ਸੀ, ਸਾਡੇ ਕੋਲ ਖੋ ਰਹੀ ਹੈ। ਉਸ ਵਿਸ਼ੇ 'ਚ ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਜਿਹੜੀ ਸਰਕਾਰ ਹੈ ਸਾਡੇ ਜਿਹੜੇ ਹੱਕ ਹੈ ਸਾਨੂੰ ਪੂਰੇ ਦੇਵੇ, ਨਾ ਕਿ ਸਾਡੇ ਕੋਲ ਖੋਏ ਜਾਣ। ਅਸੀਂ ਇੰਨੇ ਇੰਨੇ ਸਾਲਾਂ ਤੋਂ 21 ਸਾਲ ਹੋ ਗਏ ਮੈਨੂੰ SPSC 'ਚ ਕੰਮ ਕਰਦੇ ਹਾਂ। ਆਹ ਜਿਹੜੀ ਮਾਛੀਵਾੜਾ PSC ਹੈ ਇਹਦੇ ਵਿੱਚ ਸਾਡੀਆਂ ਕੁੜੀਆਂ ਸਿਰਫ 10 ਪੋਸਟਾਂ 'ਤੇ 20 ਪੋਸਟਾਂ ਨੇ ਜਿਹੜੇ ਕਿ 10 ਕੁੜੀਆਂ ਕੰਮ ਕਰ ਰਹੀਆਂ। ਉਹਦੇ ਵਿੱਚੋਂ ਵੀ ਜਦੋਂ ਕਰੋਨਾ ਦਾ ਚੱਲ ਰਿਹਾ ਸੀ ਦੌਰ, ਹੁਣ ਵੀ ਚੱਲ ਰਿਹਾ, ਇੱਕ ਸਾਡੀ ਭੈਣ ਇੰਨੀ ਜ਼ਿਆਦਾ ਬਿਮਾਰ ਹੋ ਗਈ, ਉਹਦਾ ਐਕਸੀਡੈਂਟ ਹੋ ਗਿਆ, ਉਹਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ, ਜਦਕਿ ਸਰਕਾਰ ਕਹਿੰਦੇ ਸੀ ਅਸੀਂ 5 ਲੱਖ ਦਾ ਬੀਮਾ ਕੀਤਾ, ਅਸੀਂ ਜਾਂ 10 ਲੱਖ ਦਾ ਬੀਮਾ ਕੀਤਾ। ਉਸ ਕੁੜੀ ਨੇ ਆਪਣੇ ਸਿਰ 'ਤੇ ਇਲਾਜ ਕਰਾਇਆ। ਜਿੰਨੇ ਵੀ ਸਾਡੇ ਨਾਲ ਮਲਟੀਪਰਪਜ਼ ਵਰਕਰ ਮੇਲ ਸੀ ਉਹਨਾਂ 'ਚੋਂ ਵੀ ਕਈਆਂ ਦੀ ਡੈਥ ਹੋ ਗਈ। ਸਰਕਾਰ ਨੇ ਸਾਨੂੰ ਪੇ ਕਮਿਸ਼ਨ ਜਿਹੜਾ ਦਿੱਤਾ ਨਾ ਇੱਕ ਹੱਥ ਝਾੜਿਆ ਵੈ, ਲੇਕਿਨ ਸਾਨੂੰ ਕੁਛ ਦਿੱਤਾ ਨਹੀਂ ਹੈਗਾ। ਤੁਸੀਂ ਆਪਣੀ ਯੂਨੀਅਨ ਵੱਲੋਂ ਕੋਈ ਮੰਗ ਪੱਤਰ ਦਿੱਤਾ ਜੀ ਸਰਕਾਰ ਨੂੰ ਜਿਹੜੀ ਲੇਟ? ਹਾਂਜੀ, ਸਾਡੀ ਨਹੀਂ, ਉਹਦੇ ਵੱਲੋਂ ਅਸੀਂ ਆਪਣੇ SMO ਮੈਡਮ ਨੂੰ ਕਿਹਾ ਸੀਗਾ, ਉਹਨਾਂ ਨੇ ਅੱਗੇ ਲਿਖ ਕੇ ਭੇਜਿਆ ਸੀਗਾ, ਉਸ ਤੋਂ ਬਾਅਦ ਸਾਨੂੰ ਕੋਈ ਉਹਦਾ ਮਤਲਬ ਨਹੀਂ ਮਿਲਿਆ ਹੈਗਾ, ਕੋਈ ਕਾਰਵਾਈ ਨਹੀਂ ਹੋਈ ਹੈਗੀ। ਜਦੋਂ ਪੇ ਕਮਿਸ਼ਨ ਲਾਗੂ ਹੋਈ ਉਹਦੇ ਬਾਰੇ ਤੁਸੀਂ ਸਰਕਾਰ ਨੂੰ ਕੁਝ ਪਹਿਲਾਂ ਹਦਾਇਤ ਕਿਹਾ ਸੀਗਾ ਜੀ? ਹਾਂਜੀ, ਸਾਡੀ ਜਿਹੜੀ ਯੂਨੀਅਨ ਹੈ ਸਟੇਟ ਲੈਵਲ ਦੀ ਉਹ ਸ਼ੁਰੂ ਤੋਂ ਹੀ ਸਮੇਂ 'ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਅਸੀਂ ਇਹ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਸਾਨੂੰ ਦਿੱਤੀਆਂ ਜਾਣ। ਅਸੀਂ ਤਾਂ ਇਹ ਚਾਹੁੰਦੇ ਸੀ ਕਿ ਜਿਵੇਂ ਸਾਡੇ ਵਰਕਰਾਂ ਨੇ ਜਾਨ ਤੋੜ ਮਿਹਨਤ ਕੀਤੀ ਹੈ ਸਾਰੇ ਕਰੋਨਾ ਦੇ ਵਿੱਚ, ਆਪਣੇ ਬੱਚੇ ਨਹੀਂ ਦੇਖੇ, ਆਪਣੀਆਂ ਫੈਮਲੀਆਂ ਨਹੀਂ ਦੇਖੀਆਂ,
ਉਹ ਉਹਨਾਂ ਨੂੰ ਐਕਸਟਰਾ ਦੇਣ ਦੀ ਬਜਾਏ ਸਾਡਾ ਜਿਹੜਾ ਕੱਟ ਲਾਇਆ ਗਿਆ।